ਨਹਾ ਕੇ ਧੂਣੀ ਸੇਕ ਰਹੀ ਲੜਕੀ ਨੂੰ ਲੱਗੀ ਅੱਗ। ਕਿਸੇ ਬੱਚੇ ਨੇ ਅੱਗ ਤੇ ਪਾ ਦਿੱਤਾ ਸੀ ਕੈਰੋਸੀਨ। ਚੀਕਾਂ ਮਾਰਨ ਤੇ ਲੋਕਾਂ ਨੇ ਪਾਇਆ ਅੱਗ ਤੇ ਕਾਬੂ। ਦੱਸ ਦਈਏ ਕਿ 19 ਸਾਲਾਂ ਦੀ ਲੜਕੀ ਅੱਗ ਦੇ ਵਿੱਚ ਝੁਲਸ ਜਾਂਦੀ ਹੈ, ਜਿਸ ਤੋਂ ਬਾਅਦ ਉਸਨੂੰ ਨਜ਼ਦੀਕੀ ਹਸਪਤਾਲ ਲਿਜਾਂਦਾ ਗਿਆ ਤੇ ਹੁਣ ਉੱਥੇ ਉਸਦਾ ਇਲਾਜ ਕੀਤਾ ਜਾ ਰਿਹਾ ਹੈ। ਤਾਂ ਦੱਸ ਦਈਏ ਕਿ ਮਾਮਲਾ ਅਬੋਹਰ ਦਾ, ਜਿੱਥੇ ਇੱਕ ਲੜਕੀ ਨਹਾ ਕੇ ਬਾਹਰ ਆਉਂਦੀ ਹੈ ਤੇ ਧੂਣੀ ਦੇ ਸਾਹਮਣੇ ਆ ਕੇ ਅੱਗ ਸੇਕਣ ਲੱਗ ਜਾਂਦੀ ਹੈ ਤੇ ਇਸੇ ਦੌਰਾਨ ਕਿਸੇ ਬੱਚੇ ਵੱਲੋਂ ਅੱਗ ਦੇ ਵਿੱਚ ਕੈਰੋਸਿਨ ਪਾ ਦਿੱਤਾ ਜਾਂਦਾ ਹੈ, ਜਿਸ ਨਾਲ ਅੱਗ ਇੰਨੀ ਭੜਕ ਜਾਂਦੀ ਹੈ ਕਿ ਲੜਕੀ ਦੇ ਕੱਪੜਿਆਂ ਨੂੰ ਲੱਗ ਜਾਂਦੀ ਹੈ ਤੇ ਫਿਰ ਮੌਕੇ ਤੇ ਪਰਿਵਾਰਕ ਮੈਂਬਰ ਅਤੇ ਗੁਆਂਢੀ ਇਕੱਠੇ ਹੋ ਜਾਂਦੇ ਨੇ ਤੇ ਉਹਨਾਂ ਵੱਲੋਂ ਅੱਗ ਤੇ ਕਾਬੂ ਪਾਇਆ ਜਾਂਦਾ ਹੈ, ਜਿਸ ਤੋਂ ਬਾਅਦ ਲੜਕੀ ਨੂੰ ਹਸਪਤਾਲ ਦਾਖਲ ਕਰਵਾ ਦਿੱਤਾ ਜਾਂਦਾ ਹੈ ਤੇ ਡਾਕਟਰਾਂ ਵੱਲੋਂ ਦੱਸਿਆ ਗਿਆ ਕਿ ਅੱਗ ਦੇ ਨਾਲ ਲੜਕੀ ਦੇ ਪੈਰ, ਲੱਤਾਂ ਅਤੇ ਹੱਥ ਝੁਲਸ ਗਏ ਨੇ ਤੇ ਹੁਣ ਉਸਦੀ ਹਾਲਤ ਠੀਕ ਦੱਸੀ ਜਾ ਰਹੀ ਹੈ ਤੇ ਇਲਾਜ ਜਾਰੀ ਹੈ। ਤਾਂ ਦੱਸ ਦਈਏ ਕਿ ਧੂਣੀ ਅੱਗੇ ਅੱਗ ਸੇਕਣ ਦੇ ਦੌਰਾਨ ਇਹ ਵੱਡਾ ਹਾਦਸਾ ਹੋਇਆ, ਜਦੋਂ ਕਿਸੇ ਬੱਚੇ ਦੇ ਵੱਲੋਂ ਕੋਲ ਪਏ ਕੈਰੋਸੀਨ ਅੱਗ ਦੇ ਵਿੱਚ ਪਾ ਦਿੱਤਾ ਜਾਂਦਾ ਹੈ, ਜਿਸ ਨਾਲ ਅੱਗ ਭੜਕ ਜਾਂਦੀ ਹੈ ਤੇ ਲੜਕੀ ਦੇ ਕੱਪੜਿਆਂ ਦੇ ਵਿੱਚ ਲੱਗਦੀ ਹੈ, ਜਿਸ ਤੋਂ ਬਾਅਦ ਮੌਕੇ ਤੇ ਚੀਕ ਚਿਹਾੜਾ ਪੈ ਜਾਂਦਾ ਤੇ ਪਰਿਵਾਰਕ ਮੈਂਬਰ ਅਤੇ ਗੁਆਂਢੀ ਇਕੱਠੇ ਹੋ ਜਾਂਦੇ ਨੇ ਤੇ ਉਹਨਾਂ ਵੱਲੋਂ ਮੌਕੇ ਤੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਅੱਗ ਤੇ ਕਾਬੂ ਪਾਇਆ ਜਾਂਦਾ ਹੈ, ਜਿਸ ਤੋਂ ਬਾਅਦ ਲੜਕੀ ਨੂੰ ਹਸਪਤਾਲ ਦਾਖਲ ਕਰਵਾ ਦਿੱਤਾ ਜਾਂਦਾ ਹੈ ਤੇ ਫਿਲਹਾਲ ਲੜਕੀ ਦੀ ਹਾਲਤ ਸਹੀ ਦੱਸੀ ਜਾ ਰਹੀ ਹੈ ਤੇ ਉਸਦਾ ਇਲਾਜ ਕੀਤਾ ਜਾ ਰਿਹਾ ਹੈ। ਇਹ ਰਿਸ਼ਤੇਦਾਰ ਚਾਹੀਦੇ ਸੀ ਇੰਦਰਾਗਰੀ ਜੀ, ਅਤੇ ਰਿਸ਼ਤੇਦਾਰ ਜੀ ਰਿਸ਼ਤੇਦਾਰ ਕਿਤੇ ਗਏ ਸੀਗੇ ਅਤੇ ਬੱਚੇ ਰਹਿ ਜਾਂਦੇ ਮਾਮੀ ਕੋਲ, ਰੁਕ ਗਏ ਸੀਗੇ ਉੱਥੇ। ਉਹ ਜੀ ਨਹਾ ਕੇ ਆਈ ਅਤੇ ਹੱਥ ਸਿੱਖ ਲੱਗ ਪਈ, ਦੂਜਾ ਬੱਚਾ ਵੀ ਕਹਿੰਦਾ ਚੱਲ ਤੂੰ ਨਹਾ ਲੈ, ਮੈਂ ਅੱਗ ਮਚਾਉਂਦੀ ਹਾਂ, ਲੱਕੜਾਂ ਵਿੱਚ ਪਾਈਆਂ ਜੀ, ਅਤੇ ਥੋੜ੍ਹਾ ਦੂਜੇ ਬੱਚਾ ਛੋਟਾ ਨਿਆਣਾ ਸੀ ਜੀ, ਪਰ ਤੇਲ ਭਰਤਾ ਉਹ ਅੱਗ ਬਹੁਤ ਵੱਧ ਗਈ ਜੀ, ਅਤੇ ਵੀ ਛੇਤੀ ਅੱਗ ਪਕੜ ਲਈ ਲੱਕੜਾਂ ਦੀ, ਔਰ ਕੱਪੜੇ ਪੈ ਜੇ ਦੂਜੇ ਸੀ ਟੈਮ ਦੇ, ਉਸ ਕਰਕੇ ਚੁੱਪ ਗਈ ਸਰ ਜੀ। ਬੱਚੇ ਹੁਣ ਇਲਾਜ ਚੱਲ ਰਿਹਾ ਜੀ, ਬਾਕੀ ਕਹਿੰਦੇ ਡਾਕਟਰ ਸਾਹਿਬ ਵੀ ਹੌਸਲਾ ਰੱਖੋ, ਕਹਿੰਦੇ ਸਹੀ ਹੈ। ਨਹਾ ਕੇ ਧੂਣੀ ਸੇਕ ਰਹੀ ਲੜਕੀ ਨੂੰ ਲੱਗੀ ਅੱਗ। ਕਿਸੇ ਬੱਚੇ ਨੇ ਅੱਗ ਤੇ ਪਾ ਦਿੱਤਾ ਸੀ ਕੈਰੋਸੀਨ। ਚੀਕਾਂ ਮਾਰਨ ਤੇ ਲੋਕਾਂ ਨੇ ਪਾਇਆ ਅੱਗ ਤੇ ਕਾਬੂ। ਦੱਸ ਦਈਏ ਕਿ 19 ਸਾਲਾਂ ਦੀ ਲੜਕੀ ਅੱਗ ਦੇ ਵਿੱਚ ਝੁਲਸ ਜਾਂਦੀ ਹੈ, ਜਿਸ ਤੋਂ ਬਾਅਦ ਉਸਨੂੰ ਨਜ਼ਦੀਕੀ ਹਸਪਤਾਲ ਲਿਜਾਂਦਾ ਗਿਆ ਤੇ ਹੁਣ ਉੱਥੇ ਉਸਦਾ ਇਲਾਜ ਕੀਤਾ ਜਾ ਰਿਹਾ ਹੈ। ਤਾਂ ਦੱਸ ਦਈਏ ਕਿ ਮਾਮਲਾ ਅਬੋਹਰ ਦਾ, ਜਿੱਥੇ ਇੱਕ ਲੜਕੀ ਨਹਾ ਕੇ ਬਾਹਰ ਆਉਂਦੀ ਹੈ ਤੇ ਧੂਣੀ ਦੇ ਸਾਹਮਣੇ ਆ ਕੇ ਅੱਗ ਸੇਕਣ ਲੱਗ ਜਾਂਦੀ ਹੈ ਤੇ ਇਸੇ ਦੌਰਾਨ ਕਿਸੇ ਬੱਚੇ ਵੱਲੋਂ ਅੱਗ ਦੇ ਵਿੱਚ ਕੈਰੋਸਿਨ ਪਾ ਦਿੱਤਾ ਜਾਂਦਾ ਹੈ, ਜਿਸ ਨਾਲ ਅੱਗ ਇੰਨੀ ਭੜਕ ਜਾਂਦੀ ਹੈ ਕਿ ਲੜਕੀ ਦੇ ਕੱਪੜਿਆਂ ਨੂੰ ਲੱਗ ਜਾਂਦੀ ਹੈ ਤੇ ਫਿਰ ਮੌਕੇ ਤੇ ਪਰਿਵਾਰਕ ਮੈਂਬਰ ਅਤੇ ਗੁਆਂਢੀ ਇਕੱਠੇ ਹੋ ਜਾਂਦੇ ਨੇ ਤੇ ਉਹਨਾਂ ਵੱਲੋਂ ਅੱਗ ਤੇ ਕਾਬੂ ਪਾਇਆ ਜਾਂਦਾ ਹੈ, ਜਿਸ ਤੋਂ ਬਾਅਦ ਲੜਕੀ ਨੂੰ ਹਸਪਤਾਲ ਦਾਖਲ ਕਰਵਾ ਦਿੱਤਾ ਜਾਂਦਾ ਹੈ ਤੇ ਡਾਕਟਰਾਂ ਵੱਲੋਂ ਦੱਸਿਆ ਗਿਆ ਕਿ ਅੱਗ ਦੇ ਨਾਲ ਲੜਕੀ ਦੇ ਪੈਰ, ਲੱਤਾਂ ਅਤੇ ਹੱਥ ਝੁਲਸ ਗਏ ਨੇ ਤੇ ਹੁਣ ਉਸਦੀ ਹਾਲਤ ਠੀਕ ਦੱਸੀ ਜਾ ਰਹੀ ਹੈ ਤੇ ਇਲਾਜ ਜਾਰੀ ਹੈ। ਤਾਂ ਦੱਸ ਦਈਏ ਕਿ ਧੂਣੀ ਅੱਗੇ ਅੱਗ ਸੇਕਣ ਦੇ ਦੌਰਾਨ ਇਹ ਵੱਡਾ ਹਾਦਸਾ ਹੋਇਆ, ਜਦੋਂ ਕਿਸੇ ਬੱਚੇ ਦੇ ਵੱਲੋਂ ਕੋਲ ਪਏ ਕੈਰੋਸੀਨ ਅੱਗ ਦੇ ਵਿੱਚ ਪਾ ਦਿੱਤਾ ਜਾਂਦਾ ਹੈ, ਜਿਸ ਨਾਲ ਅੱਗ ਭੜਕ ਜਾਂਦੀ ਹੈ ਤੇ ਲੜਕੀ ਦੇ ਕੱਪੜਿਆਂ ਦੇ ਵਿੱਚ ਲੱਗਦੀ ਹੈ, ਜਿਸ ਤੋਂ ਬਾਅਦ ਮੌਕੇ ਤੇ ਚੀਕ ਚਿਹਾੜਾ ਪੈ ਜਾਂਦਾ ਤੇ ਪਰਿਵਾਰਕ ਮੈਂਬਰ ਅਤੇ ਗੁਆਂਢੀ ਇਕੱਠੇ ਹੋ ਜਾਂਦੇ ਨੇ ਤੇ ਉਹਨਾਂ ਵੱਲੋਂ ਮੌਕੇ ਤੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਅੱਗ ਤੇ ਕਾਬੂ ਪਾਇਆ ਜਾਂਦਾ ਹੈ, ਜਿਸ ਤੋਂ ਬਾਅਦ ਲੜਕੀ ਨੂੰ ਹਸਪਤਾਲ ਦਾਖਲ ਕਰਵਾ ਦਿੱਤਾ ਜਾਂਦਾ ਹੈ ਤੇ ਫਿਲਹਾਲ ਲੜਕੀ ਦੀ ਹਾਲਤ ਸਹੀ ਦੱਸੀ ਜਾ ਰਹੀ ਹੈ ਤੇ ਉਸਦਾ ਇਲਾਜ ਕੀਤਾ ਜਾ ਰਿਹਾ ਹੈ। ਇਹ ਰਿਸ਼ਤੇਦਾਰ ਚਾਹੀਦੇ ਸੀ ਇੰਦਰਾਗਰੀ ਜੀ, ਅਤੇ ਰਿਸ਼ਤੇਦਾਰ ਜੀ ਰਿਸ਼ਤੇਦਾਰ ਕਿਤੇ ਗਏ ਸੀਗੇ ਅਤੇ ਬੱਚੇ ਰਹਿ ਜਾਂਦੇ ਮਾਮੀ ਕੋਲ, ਰੁਕ ਗਏ ਸੀਗੇ ਉੱਥੇ। ਉਹ ਜੀ ਨਹਾ ਕੇ ਆਈ ਅਤੇ ਹੱਥ ਸਿੱਖ ਲੱਗ ਪਈ, ਦੂਜਾ ਬੱਚਾ ਵੀ ਕਹਿੰਦਾ ਚੱਲ ਤੂੰ ਨਹਾ ਲੈ, ਮੈਂ ਅੱਗ ਮਚਾਉਂਦੀ ਹਾਂ, ਲੱਕੜਾਂ ਵਿੱਚ ਪਾਈਆਂ ਜੀ, ਅਤੇ ਥੋੜ੍ਹਾ ਦੂਜੇ ਬੱਚਾ ਛੋਟਾ ਨਿਆਣਾ ਸੀ ਜੀ, ਪਰ ਤੇਲ ਭਰਤਾ ਉਹ ਅੱਗ ਬਹੁਤ ਵੱਧ ਗਈ ਜੀ, ਅਤੇ ਵੀ ਛੇਤੀ ਅੱਗ ਪਕੜ ਲਈ ਲੱਕੜਾਂ ਦੀ, ਔਰ ਕੱਪੜੇ ਪੈ ਜੇ ਦੂਜੇ ਸੀ ਟੈਮ ਦੇ, ਉਸ ਕਰਕੇ ਚੁੱਪ ਗਈ ਸਰ ਜੀ। ਬੱਚੇ ਹੁਣ ਇਲਾਜ ਚੱਲ ਰਿਹਾ ਜੀ, ਬਾਕੀ ਕਹਿੰਦੇ ਡਾਕਟਰ ਸਾਹਿਬ ਵੀ ਹੌਸਲਾ ਰੱਖੋ, ਕਹਿੰਦੇ ਸਹੀ ਹੈ।